ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਡਾਕਟਰ ਜਨਪੀ ਸਿੰਘ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਜਨਪੀ ਸਿੰਘ ਦੇ ਵਿੱਚ ਆਪ ਦਾ ਸਵਾਗਤ ਕਰਤਾ ਹਾਂ ਤੇ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਝੋਨੇ ਦੀ ਵਾਢੀ ਸੀਜ਼ਨ ਕਈ ਜਗ੍ਹਾ ਤੇ ਸ਼ੁਰੂ ਹੋ ਗਿਆ ਹੈ ਕਈ ਵੀਰਾਂ ਨੇ ਅੱਗੇ ਵਧਣੀ ਹੈ ਤੇ ਇਸ ਦੌਰਾਨ ਦੋਸਤੋ ਖੁਦਾਨਾ ਖਾਤਿਰ ਕਈ ਵਾਰ ਹਾਸਿਬਾ ਪਰ ਜਾਂਦੇ ਆ ਤੇ ਅੱਜ ਉਸੇ ਟੌਪਿਕ ਤੇ ਮੈਂ ਤੁਹਾਡਾਂ ਨਾਲ ਗੱਲ ਕਰਨ ਆਇਆ ਹਾਂ ਕਿ ਜੇਕਰ ਇਹ ਜਹਾਸਾ ਹੋ ਜਾਵੇ ਤਾਂ ਆਪਾਂ ਜਿਹੜਾ ਸਰਕਾਰ ਤੋਂ مالی ਸਹਾਇਤਾ ਪ੍ਰਾਪਤ ਕਰ ਸਕਦੇ ਆ ਤੇ ਦੋਸਤੋ ਇਹ ਜਿਹੜੀ مالی ਸਹਾਇਤਾ ਆਪਾਂ ਜਿਹੜਾ ਪੰਜਾਬ ਸਰਕਾਰ ਦਾ ਮੰਡੀ ਬੋਰਡ ਹੈਗਾ ਉਸ ਅਦਾਰੇ ਤੋਂ ਜਿਹੜੇ ਹੈਗੇ ਆਪਾਂ ਇਸ ਆਪਾਂ ਜਿਹੜੀ ਵੀ ਹੈਗੀ ਹੈ مالی ਸਹਾਇਤਾ ਲੈ ਸਕਦੇ ਆ ਤੇ ਇਹ ਆਪਣਾ 10000 ਤੋਂ ਲੈ ਕੇ 2 ਲੱਖ ਰੁਪਏ ਤੱਕ ਮਿਲਦੇ ਹੈ ਜਿਹੜੇ ਕਿ ਆਪਣੇ ਜਿੰਨਾ ਕਿ ਨੁਕਸਾਨ ਹੈ ਉਸ ਤੇ ਡਿਪੈਂਡ ਕਰਦੀ ਹੈ ਤਾਂ ਦੋਸਤੋ ਹੁਣ ਆਪਾਂ ਗੱਲ ਕਰੀਏ ਕਿ ਕਿਹੜੇ-ਕਿਹੜੇ ਵਿਅਕਤੀ ਹਨ ਜਿਹੜੇ ਇਸ ਦਾ ਲਾਭ ਲੈ ਸਕਦੇ ਹਨ ਪਹਿਲੇ ਪਹਿਲਾ ਤਾਂ ਇਹ ਹੈ ਜਿਹੜੇ ਕਿ ਖੇਤੀ ਸੰਦਾਂ ਨਾਲ ਕੰਮ ਕਰਨ ਵਾਲੇ ਫਿਰ ਅਗਿਆ ਇਹਦੇ ਜਿਹੜੇ ਟਿਊਬਲ ਲਾਉਣ ਵਾਲੇ ਜਾਂ ਟਿਊਬਲ ਦੇ ਵਿੱਚ ਜਿਹੜੇ ਬਿਜਲੀ ਦੇ ਨਾਲ ਜਿਹੜਾ ਕੰਮ ਕੋਈ ਕਰਦੇ ਆ ਉਹ ਹੋ ਸਕਦੇ ਆ ਫਿਰ ਜਿਹਨੂੰ ਖੇਤ ਵਿੱਚ ਕਈ ਵਾਰ ਆਪਾਂ ਸਪਲਟ ਜਾਂਦਾ ਤਾਂ ਉਸ ਵਿਅਕਤੀ ਨੂੰ ਵੀ ਇਸ ਸਕੀਮ ਦਾ ਲਾਭ ਮਿਲ ਸਕਦਾ ਹੈ ਫਿਰ ਜਿਹੜਾ ਖੇਤੀ ਜਿੰਸ ਦੀ ਟੋਆ ਟੋਈ ਕਰਨ ਵਾਲੇ ਹੈਗੇ ਆ ਉਨਾਂ ਨੂੰ ਇਹ ਮੌਜਾ ਮਿਲ ਸਕਦਾ ਹੈ ਫਿਰ ਜਦੋਂ ਕਈ ਵਾਰ ਆਪਾਂ ਮਸ਼ੀਨਾਂ ਨਾਲ ਸਪਰੇਅ ਕਰਦੇ ਆ ਤਾਂ ਉਸ ਟਾਈਮ ਕੋਈ ਗਲਤ ਬਾਤ ਹੋ ਜੇ ਤਾਂ ਉਹ ਬੰਦਿਆਂ ਨੂੰ ਵੀ ਇਹਦੀ ਸਹਾਇਤਾ ਮਿਲ ਸਕਦੀ ਹੈ ਤੇ ਜਿਹੜੀ ਅਖੀਰ ਵਾਲਾ ਹੈਗਾ ਜਿਵੇਂ ਕਿ ਜਿਹੜੇ ਕੁਝ ਬੰਦੇ ਆਪਣੇ ਮਾਰਕੀਟ ਕਮੇਟੀ ਵਿੱਚ ਮਸ਼ੀਨਾਂ ਨਾਲ ਕੰਮ ਕਰਦੇ ਹੁੰਦੇ ਹਨ ਤੇ ਜੇਕਰ ਉਹਨਾਂ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਉਹ ਜਿਹੜੇ ਬੰਦੇ ਹੈਗੇ ਆ ਇਹ ਆਪਣੀ ਮਾਲੀ ਸਹਾਇਤਾ ਲੈ ਸਕਦੇ ਆ ਤੇ ਦੋਸਤੋ ਹੁਣ ਮੈਂ ਗੱਲ ਕਰਾਂਗਾ ਇਸ ਲਈ ਜਿਹੜਾ ਫਾਰਮ ਭਰਨਾ ਹੁੰਦਾ ਹੈ ਵੀ ਉਹਦਾ ਕਿੰਨੇ ਸਮੇਂ ਵਿੱਚ ਆਪਾਂ ਫਾਰਮ ਭਰਨਾ ਤੇ ਉਹਦੇ ਲਈ ਜਿਹੜੇ ਲੋੜੀਂਦੇ ਦਸਤਾਵੇਜ਼ ਕੀ ਹਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਫਾਰਮ ਭਰਨ ਦਾ ਸਮਾਂ ਹੈਗਾ ਹੈ ਉਹ ਕਿਸਾਨ ਵੀਰੋ 30 ਦਿਨ ਦਾ ਹੈ ਜੇਕਰ ਆਪਾਂ 30 ਦਿਨ ਤੋਂ ਬਾਅਦ ਇਹ ਫਾਰਮ ਭਰਦੇ ਹਾਂ ਤਾਂ ਆਪਾਂ ਨੂੰ ਉਸਦੇ ਲਈ ਕਾਰਨ ਦੇਣਾ ਪੈਂਦਾ ਹੈ ਕਿ ਕਿਸ ਵਜ੍ਹਾ ਕਰਕੇ ਆਪਾਂ ਲੇਟ ਹੋਏ ਹਾਂ ਤੇ ਜੋ ਇਹਦੇ ਲਈ ਲੋੜੀਂਦੇ ਦਸਤਾਵੇਜ਼ ਹਨ ਉਹ ਇਹ ਹਨ ਕਿ ਦੋਸਤੋ ਜਿਹੜਾ ਇਹ ਫਾਰਮ ਹੈ ਪਹਿਲਾਂ ਤਾਂ ਇਹ ਸਰਪੰਚ ਅਤੇ ਦੋ ਜਿਹੜੇ ਪੰਚਾਇਤ ਮੈਂਬਰ ਹੈ ਉਨਾ ਤੋਂ ਤਸਦੀਕ ਕਰਾਉਣਾ ਪਊਗਾ ਜਾਂ ਫਿਰ ਆਪਾਂ ਜਿਹੜੇ ਮਿਊਂਸਿਪਲਿਟੀ ਦੇ ਕਮਿਸ਼ਨਰ ਹੁੰਦੇ ਹਨ ਉਹਨਾਂ ਤੋਂ ਇਹ ਫਾਰਮ ਤਸਦੀਕ ਕਰਾ ਸਕਦੇ ਆ ਤੇ ਜਿਹੜੀ ਆਪਣੀ ਹਾਦਸੇ ਵਾਲੀ ਪੁਲਸ ਰਿਪੋਰਟ ਹੁੰਦੀ ਹੈ ਉਹ ਐਸ ਡੀ ਐਮ ਸਾਹਿਬ ਜਾਂ ਪਟਵਾਰੀ ਜਾਂ ਤਹਿਸੀਲਦਾਰ ਤੋਂ ਜਿਹੜੀ ਹੈ ਤਸਦੀਕ ਕਰਵਾਉਣੀ ਪੈਂਦੀ ਹੈ ਤੇ ਇਸ ਦੇ ਨਾਲ ਆਪਾਂ ਨੂੰ ਜੇਕਰ ਕੋਈ ਬੰਦਾ ਹਾਦਸੇ ਦੌਰਾਨ ਅਪੰਗ ਹੋ ਜਾਂਦਾ ਤਾਂ ਆਪਾਂ ਨੂੰ ਉਸ ਦਾ ਅਪੰਗਤਾ ਦਾ ਜਿਹੜਾ ਹੈ ਕਿ ਸਰਟੀਫਿਕੇਟ ਉਹ ਸੀਮਾ ਸਾਹਿਬ ਤੋਂ ਬਣਵਾਉਣਾ ਪਏਗਾ ਤੇ ਜਿਹੜੀ ਇਹਦੀ ਆਖਰੀ ਰਿਕੁਆਇਰਮੈਂਟ ਜਾਂ ਜ਼ਰੂਰਤ ਕਹਿ ਲਈਏ ਉਹ ਹੈ ਕਿ ਇੱਕ ਆਪਾਂ ਨੂੰ ਨਾਲ ਐਫੀਡੈਵਟ ਕਹਿ ਲਈਏ ਉਹ ਦੇਣਾ ਪਊਗਾ ਕਿ ਆਪਾਂ ਜਿਹੜੀ ਮਾਲੀ ਸਹਾਇਤਾ ਕਿਸੇ ਹੋਰ ਧਾਰੇ ਤੋਂ ਨਹੀਂ ਲਈ ਤੇ ਇਹ ਸੰਨ ਦੋਸਤੋ ਕੁਝ ਗੱਲਾਂ ਕਿ ਜੇਕਰ ਆਪਣਾ ਕੋਈ ਖੇਤੀ ਸਮੇਂ ਹਾਦਸਾ ਵਾਪਰ ਜਾਵੇ ਤਾਂ ਆਪਾਂ ਮਾਲੀ ਸਹਾਇਤਾ ਕਿਵੇਂ ਲੈ ਸਕਦੇ ਹਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ